ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਹਰਿਮੰਦਰ ਸਾਹਿਬ ਜਿਹੜਾ ਹੈ ਮਨੁੱਖਤਾ ਦਾ ਘਰ ਆ ਜੀ, ਕੇਂਦਰ ਆ, ਕੇਂਦਰੀ ਸਥਾਨ ਵੀ ਆ ਸਿੱਖਾਂ ਦਾ, ਇੱਥੇ ਨਾਲ ਦੀ ਨਾਲ ਸਮੁੱਚੇ ਧਰਮਾਂ ਦਾ ਜਿਹੜਾ ਉਹ ਸੱਭੇ ਸਾਂਝੀ ਵਾਲਸਤਾ ਤੋਂ ਕਿਸੇ ਦੇ ਸਦਾਰਾ ਜੀ ਬਾਰਾ ਜੀ ਹੋ, ਇਹ ਜਿਹੜਾ ਇਸ ਕਰਕੇ ਹਰ ਜਿਹਦੇ 'ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦੀ ਹੈ, ਪਰਮਾਤਮਾ ਦੀ ਮਿਹਰ ਹੁੰਦੀ ਹੈ, ਉਹ ਸ਼ਖਸ਼ੀਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ। ਅੱਜ ਆਰਮੀ ਚੀਫ ਵੀ ਸਾਡੇ ਕੋਲ ਆਏ ਨੇ, ਸਟਾਫ ਆਫ ਦਾ ਆਰਮੀ ਉਹ ਆਏ ਨੇ, ਉਹਨਾਂ ਦਾ ਆਇਆ ਜਿੱਥੇ ਸਾਡਾ ਮਾਣ ਸਤਿਕਾਰ ਕਰਨਾ ਬਣਦਾ, ਅਸੀਂ ਮਾਣ ਸਤਿਕਾਰ ਵੀ ਕੀਤਾ ਜੀ ਚੀਫ ਆਫ ਦੀ ਆਰਮੀ ਸਟਾਫ ਦਾ। ਉਹਨਾਂ ਦਾ ਪਰਿਵਾਰ ਉਹਨਾਂ ਦੇ ਘਰੋਂ ਵੀ ਜੀ ਨਾਲ ਆਏ ਨੇ। ਕੁਝ ਇਸ਼ੂ ਜਿਹੜੇ ਸਾਡੇ ਸੀਗੇ ਅਸੀਂ ਉਹਨਾਂ ਨੂੰ ਡਿਸਕਸ ਵੀ ਕੀਤੇ ਨੇ, ਜਿਵੇਂ ਕੁਝ ਥਾਵਾਂ 'ਤੇ ਗੁਰਦੁਆਰਾ ਸਾਹਿਬਾਨ ਦੇ ਸੰਬੰਧ ਵਿੱਚ, ਜਿਵੇਂ ਗੁਰਦੁਆਰਾ ਗੁਰੂ ਡਾਂਗ ਮਾਰ ਮੰਨ ਚੁੱਕਾ ਵਾਹਿਗੁਰੂ ਨਾਨਕ ਦੇਵ ਸਾਹਿਬ ਅਤੇ ਗੁਰਦੁਆਰਾ ਸਾਹਿਬ ਦਾ ਸਥਾਨ, ਇਸ ਤਰ੍ਹਾਂ ਕਈ ਥਾਈਂ ਛਾਉਣੀਆਂ ਦੇ ਵਿੱਚ ਜਿਹੜੀ ਆਰਮੀ ਦੇ ਛਾਉਣੀਆਂ ਉੱਥੇ ਤਾਂ ਪ੍ਰਬੰਧ ਠੀਕ ਨੇ, ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਅਤੇ ਪ੍ਰਕਾਸ਼ ਉੱਥੇ ਗੁਰਦੁਆਰਾ ਸਾਹਿਬ, ਇਸ ਤਰ੍ਹਾਂ ਬਾਕੀ ਧਰਮਾਂ ਦੇ ਅਸਥਾਨਾਂ ਦਾ ਆਪਾਂ ਆਪਣਾ ਪ੍ਰਬੰਧ ਹੈ। ਪਰ ਨਾਲ ਦੀ ਨਾਲ ਜਿਹੜਾ ਜਿਹੜੀਆਂ ਹੋਰ ਫੋਰਸਿਸ ਨੇ, ਆਰਮਡ ਫੋਰਸਿਸ ਜਿਵੇਂ BSF ਹੈ ਜਾਂ ਦੂਸਰੀਆਂ, ਉੱਥੇ ਜਿੱਥੇ ਕਿਤੇ ਸਿੱਖ ਰਾਜ ਸਿੱਖ ਯੂਨਿਟਾਂ ਹੈਗੀਆਂ ਉੱਥੇ ਉਹਨਾਂ ਵਾਸਤੇ ਜਿਹੜਾ ਉਹ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪ੍ਰੋਪਰ ਨਹੀਂ ਹੈਗਾ। ਹਰ ਧਰਮ ਦੀ ਆਪਣੀ ਮਰਿਆਦਾ, ਹਰ ਧਰਮ ਦੇ ਗ੍ਰੰਥ ਜਿਹੜੇ ਨੇ ਉਹ ਸਤਿਕਾਰਯੋਗ ਨੇ, ਧਾਰਮਿਕ ਗ੍ਰੰਥ, ਪਰ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋ ਸਰੂਪ ਨੇ ਸਾਡੇ ਲਈ, ਪ੍ਰਤੱਖ ਗੁਰੂ ਸਾਹਿਬ ਨੇ, ਇਸ ਕਰਕੇ ਉਹਨਾਂ ਨਾਲ ਇਹ ਵੀ ਜਿਹੜਾ ਉਹ ਇਸ਼ੂ ਡਿਸਕਸ ਕੀਤਾ ਕਿ ਜਿੱਥੇ ਕਿਤੇ ਅਦਰ ਆਰਮਡ ਫੋਰਸਿਸ ਦੇ ਜਿਹੜੇ ਹੈੱਡਕੁਆਟਰ ਨੇ ਜਾਂ ਉੱਥੇ ਉਹ ਪ੍ਰਬੰਧ ਕੀਤਾ ਜਾਵੇ। ਇੱਕ ਜਿਹੜਾ ਇੱਕ ਇਹ ਵੀ ਸਿੱਖਾਂ ਦਾ ਆਰਮੀ ਦੇ ਵਿੱਚ ਕੋਟਾ ਜਿਹੜਾ ਉਹ ਬਰਕਰਾਰ ਰੱਖਿਆ ਜਾਵੇ, ਇਹ ਗੱਲਾਂ ਜਿਹੜੀਆਂ ਸਾਡੀਆਂ ਉਹਨਾਂ ਨਾਲ ਆਇਆ ਕਰਨ ਵਾਲੀਆਂ ਬਣਦੀਆਂ ਸੀ। ਉਹ ਆਲਰੇਡੀ ਜਿਹੜਾ ਉਹ ਚੱਲ ਰਿਹਾ ਜੀ ਸਿਸਟਮ, ਅਸੀਂ ਉਹਦੇ ਸੰਬੰਧ ਵਿੱਚ ਜਿਹੜਾ ਵਾ ਪਿੱਛੇ ਜਦੋਂ ਗਏ ਹਾਂ ਆਪਣਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨਾਲ, ਉਹ ਉਹਨਾਂ ਦੇ ਲੈਵਲ ਦੇ ਅਤੇ ਇਹਨਾਂ ਦੇ ਲੈਵਲ 'ਤੇ ਉਹ ਜਿਹੜਾ ਇਸ਼ੂ ਚੱਲ ਰਿਹਾ ਜੀ, ਉਹਦੇ ਵਿੱਚ ਇਹ ਜੋ ਵੀ ਇਹਨਾਂ ਵੱਲੋਂ ਕਰਨਾ ਬਣਦਾ ਉਹਦਾ ਹੰਗਾਰਾ ਭਰ ਰਿਹਾ ਜੀ।